ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਆਰ ਨਿਊ ਵਲੌਗ ਲਵਨੀ ਬਲਮਸੌਣ। ਅਤੇ ਅਮਨ ਨੂੰ ਵੀ ਤੁਹਾਨੂੰ ਜਲਦੀ ਜਾ ਕੇ ਅੰਦਰ ਦਿਖਾਉਂਦੇ ਹਾਂ। ਤੁਹਾਨੂੰ ਸਾਰੇ ਜਣਿਆਂ ਨੂੰ ਕਾਫੀ ਦਿਨਾਂ ਤੋਂ ਵੇਟ ਸੀ ਕਿ ਦੀਦੀ ਹੁਣੇ ਹੋਮ ਟੂਰ ਵਲੌਗ ਨਹੀਂ ਪਾ ਰਹੇ। ਆਪਾਂ ਸਿਰਫ ਇਸ ਕਰਕੇ ਨਹੀਂ ਪਾਇਆ ਸੀ, ਆਪਾਂ ਕਹਿ ਰਹੇ ਸੀ ਪਹਿਲਾਂ ਸਾਡੀ ਸੈਟਿੰਗ ਆ ਜਾਏ, ਫਿਰ ਆਪਾਂ ਹੋਮ ਟੂਰ ਕਰਵਾਵਾਂਗੇ। ਸੋ ਅੱਜ ਤੁਹਾਡਾ ਵੇਟ ਓਵਰ ਹੋ ਚੁੱਕਿਆ ਅਤੇ ਆਪਾਂ ਤੁਹਾਨੂੰ ਹੋਮ ਟੂਰ ਵਲੌਗ ਕਰਵਾਉਣ ਲੱਗੇ ਹਾਂ। ਤਾਂ ਆ ਜਾਓ, ਪਹਿਲਾਂ ਐਂਟਰ ਕਰਦੇ ਹਾਂ। ਇਹ ਹੈ, ਤੁਹਾਨੂੰ ਪਤਾ ਕਿ ਸਾਡਾ ਹਾਲ ਹੈ ਜਿੱਥੇ ਅਸੀਂ ਕੱਪੜੇ ਵਗੈਰਾ ਸੁੱਕਣੇ ਪਾਉਂਦੇ ਹਾਂ, ਠੀਕ ਹੈ, ਅਤੇ ਜਿੱਥੇ ਸਾਰਾ ਦਿਨ ਜਦੋਂ ਕਈ ਵਾਰ ਲਾਈਟ ਚਲੀ ਜਾਂਦੀ ਤਾਂ ਅਸੀਂ ਬਹਿ ਜਾਂਦੇ ਹਾਂ। ਅਤੇ ਇਨਵਰਟਰ ਵੀ ਹੈਗਾ ਉਦੋਂ ਤਾਂ, ਬਟ ਜ਼ਿਆਦਾਤਰ ਸਾਨੂੰ ਇੱਦਾਂ ਹੁੰਦਾ ਕਿ ਨਾਈਟ ਜ਼ਿਆਦਾ ਟਾਈਮ ਜਾਂਦੀ ਹੈ ਅਤੇ ਇਨਵਰਟਰ ਲੋਡ ਨਾ ਲੈ ਜੇ, ਇਸ ਕਰਕੇ ਆਪਾਂ ਇਸ ਵਿਹੜੇ ਦੇ ਵਿੱਚ ਆਪਾਂ ਗੱਦੇ ਡਾ ਕੇ ਕਈ ਵਾਰ ਬਹਿ ਜਾਂਦੇ ਹਾਂ। ਸੋ ਆਪਾਂ ਆ ਜਾਓ, ਆਪਾਂ ਇੱਧਰ ਐਂਟਰ ਕਰਦੇ ਹਾਂ, ਠੀਕ ਹੈ। ਇਹ ਹੈਗਾ ਸਾਡਾ ਫਸਟ ਰੂਮ, ਐਂਟਰ ਹੁੰਦਿਆਂ ਹੀ ਸਾਡਾ ਫਸਟ ਰੂਮ ਐਂਟਰ ਹੁੰਦਾ, ਤੇ ਜਿੱਥੇ ਅਮਨ ਨੂੰ ਤੁਸੀਂ ਦੇਖ ਸਕਦੇ ਹੋ ਕਿ ਖੇਡੀ ਇਹਨਾਂ ਨੇ ਭੁਚਾਲ ਪਾ ਰੱਖਿਆ ਅਤੇ ਮੇਰਾ ਮੇਕਅਪ ਦਾ ਸਮਾਨ। ਸੋ ਇਹ ਹੈ ਸਾਡਾ ਬੈਡਰੂਮ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਹੈ, ਬਟ ਸਾਡੇ ਲਈ ਬਹੁਤ ਪਿਆਰਾ ਅਤੇ ਕਿਊਟ ਹੈ, ਕਿਉਂਕਿ ਅਸੀਂ ਸਾਰੇ ਜਿਹੜੇ ਸਾਧਨ ਇੱਥੇ ਬੈਠੇ ਰਹਿੰਦੇ ਹਾਂ, ਠੀਕ ਹੈ। ਅਤੇ ਉੱਧਰ ਨਿਮਲ ਨੇ ਵਿੰਡੋ ਦਾ ਵੀ ਜੁਗਾੜ ਕੀਤਾ, ਉਹ ਵੀ ਦਿਖਾ ਦਿਓ ਮੰਮੀ ਕਿ ਕਿੱਦਾਂ ਕੀਤਾ। ਅਤੇ ਇੱਥੇ ਸਾਰਾ ਦਿਨ ਵਿੰਡੋ ਦੇ ਵਿੱਚ ਅਮਨ ਨੂਰ ਖੜਾ ਰਹਿੰਦਾ ਹੈ, ਅਤੇ ਸਾਰਾ ਦਿਨ ਨਾ ਵਿੰਡੋ ਦੇ ਵਿੱਚ ਖੜਾ ਰਹਿੰਦਾ ਹੈ ਕਿ ਨਾਲ ਇਹਦੀ ਖੜਨ ਦੀ ਪ੍ਰੈਕਟਿਸ ਹੋਈ ਰਹਿੰਦੀ ਹੈ, ਠੀਕ ਹੈ, ਬਿਨਾਂ ਸਹਾਰੇ ਦੇ ਇੱਦਾਂ ਹੀ ਰਹਿੰਦਾ। ਅਤੇ ਇਸ ਤੋਂ ਬਾਅਦ ਇਹ ਆਪਣਾ ਬੈੱਡ, ਠੀਕ ਹੈ। ਇਹ ਫਰਨਿਸ਼ਡ ਹੀ ਆਇਆ ਸਾਰਾ, ਅਤੇ ਇਹਦੇ ਚਾਰੇ ਕੋਨੇ ਖੁੱਲਦੇ ਆ ਇਸ ਬੈੱਡ ਦੇ, ਯਾਨੀ ਕਿ ਅਸੀਂ ਸਮਾਨ ਐਡਜਸਟ ਕਰਨਾ ਹੁੰਦਾ ਹੈ ਤਾਂ ਅਸੀਂ ਆਰਾਮ ਨਾਲ ਇਸ ਬੈੱਡ ਦੇ ਵਿੱਚ ਕਰ ਸਕਦੇ ਹਾਂ। ਲਾਈਕ ਸਾਡੇ ਕੱਪੜੇ ਵਗੈਰਾ ਬਹੁਤ ਨੇ, ਅਤੇ ਕਈ ਸਾਰੇ ਜਣੇ ਕਹਿ ਰਹੇ ਸੀ ਕਿ ਬੈੱਡ ਦੇ ਉੱਤੇ ਸੁਸੂ ਕਰਦਾ ਅਵਲ ਤੁਹਾਡਾ, ਹੈ ਨਾ। ਅਸੀਂ ਬੈੱਡ ਦੇ ਨੀਚੇ ਨਾ ਇੱਕ ਸ਼ੀਟ ਵਿਛਾ ਰੱਖੀ ਹੈ ਤਾਂ ਕਿ ਗੱਦੇ ਵੀ ਨਾ ਖਰਾਬ ਹੋਣ, ਨਹੀਂ ਤਾਂ ਤੁਹਾਨੂੰ ਪਤਾ ਕਿ ਬੱਚਿਆਂ ਦੇ ਕਰਕੇ ਗੱਦੇ ਵੀ ਸਮੈਲੀ ਹੋ ਜਾਂਦੇ ਆ। ਇਸ ਕਰਕੇ ਅਸੀਂ ਬੈੱਡ ਦੇ ਨੀਚੇ ਸ਼ੀਟ ਵਿਛਾ ਰੱਖੀ ਹੈ ਵੀ ਕੁਛ ਨੂੰ ਹੋਵੇ, ਕੁਛ ਵੀ ਹੋਵੇ, ਬੈੱਡ ਸ਼ੀਟ ਨੂੰ ਹੋਵੇ, ਮਤਲਬ ਕਿ ਗੱਦਿਆਂ ਨੂੰ ਕੁਛ ਨਾ ਜਾਵੇ, ਠੀਕ ਹੈ। ਇਸ ਕਰਕੇ ਅਸੀਂ ਬੈੱਡ ਦੇ ਸ਼ੀਟ ਵਿਛਾ ਰੱਖੀ ਹੈ। ਉਸ ਤੋਂ ਬਾਅਦ ਆਉਂਦੀ ਹੈ ਇਹ ਛੋਟੀ ਅਲਮੀਰਾ, ਜਿਹਦੇ ਵਿੱਚ ਆਪਾਂ ਨੇ ਬਹੁਤ ਸਮਾਨ ਰੱਖਿਆ ਵੇ। ਇਹਦੇ ਵਿੱਚ ਕੁਛ ਮੇਰਾ ਮੇਕਅਪ ਦਾ ਸਮਾਨ ਪਿਆ, ਠੀਕ ਹੈ। ਅਤੇ ਤੁਹਾਨੂੰ ਪਤਾ ਕਿ ਬੁਢਲਾਡੇ ਰਹਿੰਦੇ ਸੀ ਜਦੋਂ ਚਾਰ ਚਾਰ ਮੇਕਅਪ ਦੇ ਡਰੋਰ ਹੁੰਦੇ ਸੀ, ਅਤੇ ਹੁਣ ਮੈਨੂੰ ਇੱਕ ਮੇਕਅਪ ਦਾ ਡਰੋਰ ਮਿਲਿਆ, ਅਤੇ ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਸਮਾਨ ਰੱਖ ਰੱਖਿਆ, ਬਾਕੀ ਮੈਂ ਥੱਲੇ ਐਡਜਸਟ ਕੀਤਾ ਹੋਇਆ। ਅਤੇ ਉਸ ਤੋਂ ਬਾਅਦ ਜਿਹੜਾ ਨੀਚੇ ਸਮਾਨ ਹੈ, ਇਹਦੇ ਫੋਰ ਬੋਕਸ, ਮਤਲਬ ਕਿ ਇਹਦੇ ਵੀ ਇੱਦਾਂ ਬੋਕਸਿਸ ਬਣੇ ਹੋਏ ਨੇ। ਅਤੇ ਨੀਚੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਕਿ ਮਿਰਰ ਲੱਗਿਆ ਹੋਇਆ, ਅਤੇ ਉਸ ਤੋਂ ਅੰਦਰ ਆਪਾਂ ਥੋੜ੍ਹਾ ਬਹੁਤ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ। ਅਤੇ LED ਤੁਹਾਨੂੰ ਪਤਾ ਕਿ ਘਰੋਂ ਆਪਾਂ ਲੈ ਆਏ ਸੀ, ਕਿਉਂਕਿ ਇੱਥੇ LED ਦੇਖਣ ਨੂੰ ਆਪਾਂ ਦੱਸਦੇ ਪਏ ਸੀ ਕਿ ਆਪਾਂ ਨੂੰ ਮਤਲਬ ਕਿ ਕੁਛ ਐਂਟਰਟੇਨ ਹੋਈ ਜਾਵੇ, ਠੀਕ ਹੈ। ਇਸ ਕਰਕੇ ਆਪਾਂ LED ਵੀ ਘਰੋਂ ਲੈ ਆਏ ਸੀਗੇ। ਅਤੇ ਉਸ ਤੋਂ ਬਾਅਦ ਆਉਂਦੀ ਹੈ ਇਹ ਛੋਟਾ ਜਿਹਾ ਬੋਕਸ, ਗੱਦਾ ਨਹੀਂ ਲੱਗਿਆ ਹੋਇਆ ਉਦਾਂ, ਠੀਕ ਹੈ, ਆਪਾਂ ਬਹਿ ਸਕਦੇ ਇਹਦੇ 'ਤੇ ਆਰਾਮ ਨਾਲ, ਅਤੇ ਮਤਲਬ ਇੱਥੇ ਕਾਫੀ ਛਾੜ ਵਗੈਰਾ ਵਿਛਾਇਆ ਹੋਇਆ। ਅਤੇ ਇਹਦੇ ਅੰਦਰ ਮਤਲਬ ਨਾ ਇਹ ਖੁੱਲ੍ਹਦਾ ਉੱਪਰ ਨੂੰ, ਇੱਦਾਂ ਇੱਥੋਂ ਖੁੱਲ੍ਹਦਾ ਇਹ, ਇੱਧਰੋਂ ਖੁੱਲ੍ਹ ਕੇ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਮੈਂ ਐਕਸਬੋਕਸ ਬਾਰੇ ਦੱਸ ਰਹੀ ਸੀ, ਵਿੱਚ ਨਿਮਲ ਦਾ ਫੋਨ ਆ ਗਿਆ ਸੀ, ਅਤੇ ਇਸ ਕਰਕੇ ਸੋਰੀ ਫੋਰ ਡਿਸਟਰਬ, ਠੀਕ ਹੈ। ਅਤੇ ਇਹ ਜਿਹੜੀ ਹੈ ਬੋਕਸ, ਠੀਕ ਹੈ, ਇਹ ਅਮਨ ਨੂਰ ਆ ਦੇਖੋ ਸ਼ਾਰਟ ਕਰੀ ਜਾਂਦੇ ਛੱਡੇ ਅਮਲ ਕੀ ਹੈ ਬੇਟਾ ਜੀ, ਵਿੱਚ ਬਹੁਤ ਸਾਰਾ ਸਮਾਨ ਪਿਆ ਸਾਡਾ, ਕੱਪੜੇ ਵਗੈਰਾ, ਹੈਲਮੇਟ ਵਗੈਰਾ, ਠੀਕ ਹੈ, ਸਾਰਾ ਕੁਛ ਇਹਦੇ ਵਿੱਚ ਅਸੀਂ ਰੱਖਦੇ ਹਾਂ। ਅਤੇ ਅਮਨ ਨੂਰ ਬੋਲੀਆਂ ਦਾ ਬਹੁਤ ਤੰਗ ਕਰਦਾ ਪਿਆ ਸੀ, ਅਤੇ ਮੈਂ ਇਹਦੇ 'ਤੇ ਚੁੰਨੀ ਦਿੱਤੀ ਹੈ ਵੀ 2 ਮਿੰਟ ਚੁੱਪੜ ਹੋਏ, ਬਹੁਤ ਤੰਗ ਕਰਦਾ ਹੈ ਉੱਦਾਂ, ਅਸੀਂ ਇਹਦੇ ਕੋਲ ਹੁਣ ਚੁੰਨੀ ਲਾਹ ਤੀ ਇਹਨੇ ਸਿਰ ਤੋਂ ਵੀ, ਟੇਢਾ ਟੇਢਾ ਦੇਖ ਕੇ ਪਿਆ ਮੇਰੇ ਵੱਲ, ਬਹੁਤ ਸ਼ਰਾਰਤ ਕਰਦਾ। ਅਤੇ ਇਹਦੇ ਵਿੱਚ ਹੁਣ ਅਸੀਂ ਮਤਲਬ ਜਿਹੜੇ
ਪੋਲੀਥੀਨ ਚ ਅਸੀਂ ਕੱਪੜੇ ਵਗੈਰਾ ਲੈ ਕੇ ਸੀ, ਉਹ ਵੀ ਅਸੀਂ ਵਿੱਚ ਰੱਖ ਦਿੱਤੇ। ਤੇ ਇਸ ਤੋਂ ਬਾਅਦ ਜਿਹੜਾ ਸਾਡਾ ਬੈਗ ਹੈ, ਠੀਕ ਹੈ, ਉਹਦੇ ਵਿੱਚ ਏਸੀ ਵਗੈਰਾ ਲੱਗਿਆ ਹੋਇਆ, ਤੇ ਏਸੀ ਤੁਸੀਂ ਦੇਖ ਸਕਦੇ ਹੋ, ਅਸੀਂ ਛੋਟੇ ਏਸੀ ਨਾਲ ਥੋੜਾ ਬਹੁਤ ਐਡਜਸਟ ਕਰਦੇ ਹਾਂ। ਠੰਡਾ ਤਾਂ ਬਹੁਤ ਲੇਟ ਹੁੰਦਾ, ਰਾਤ ਨੂੰ ਬਹੁਤ ਲੇਟ ਜਾ ਕੇ ਠੰਡਾ ਹੁੰਦਾ, ਪਰ ਫਿਰ ਵੀ ਸਾਨੂੰ ਐਂ ਹੈਗਾ ਵੀ ਚਲੋ ਸਵੇਰ ਤੱਕ ਪੂਰਾ ਐਂ ਸ਼ਿਮਲਾ ਬਣ ਜਾਂਦਾ, ਸਵੇਰ ਤੱਕ ਪੂਰਾ ਠੰਡਾ ਹੋ ਜਾਂਦਾ। ਚਲੋ ਸਾਰਨਾ ਤਾਂ ਪੈਂਦਾ ਹੀ ਹੈ, ਬਾਹਰ ਆ ਕੇ ਕੱਟਣੀਆਂ ਬਹੁਤ ਔਖੀਆਂ। ਤੇ ਆ ਜਾਓ ਮੰਮੀ, ਹੁਣ ਆਪਾਂ ਅਗਲੇ ਨੈਕਸਟ ਰੂਮ 'ਚ ਚੱਲਦੇ ਹਾਂ। ਇਹ ਹੈ ਸਾਡਾ ਨੈਕਸਟ ਰੂਮ ਜੋ ਕਿ ਬਹੁਤ ਹੈ, ਪਰ ਨਿੱਘਾ ਬਹੁਤ ਹੈ। ਮੈਂ ਕਹਿੰਦੀ ਹਾਂ ਸਰਦੀਆਂ ਦੇ ਵਿੱਚ ਪੂਰਾ ਨਿੱਘਾ ਰਿਹਾ ਕਰੂੰਗਾ, ਇਹ ਘਰ ਵੀ ਅਤੇ ਇਹ ਰੂਮ ਵੀ ਦੋਨੇ, ਠੀਕ ਹੈ ਸਾਡੇ। ਤਾਂ ਫਸਟ ਆਪਾਂ ਸ਼ੁਰੂਆਤ ਕਰਦੇ ਹਾਂ ਮੰਦਰ ਤੋਂ। ਇੱਥੇ ਹੈਗਾ ਮੰਦਰ, ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਥੋੜ੍ਹਾ 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 ਸਮਾਨ ਜਿਹਾ ਰੱਖਿਆ, ਉੱਪਰ ਬਾਬਾ ਜੀ ਦੀ ਫੋਟੋਜ਼ ਲੱਗੀਆਂ ਹੋਈਆਂ। ਬਟ ਆਪਾਂ ਨੇ ਮੰਦਰ ਇਹ ਲਗਾਇਆ ਨਹੀਂ ਕਿਉਂਕਿ ਇਹਦਾ ਮੂੰਹ ਬਾਹਰ ਵਾਲੀ ਸਾਈਡ ਸੀਗਾ, ਅਤੇ ਆਪਾਂ ਨੇ ਆਪਣਾ ਅਲੱਗ ਮੰਦਰ ਬਣਾਇਆ, ਅਤੇ ਇਹ ਟੇਬਲ ਖਾਲੀ ਪਿਆ ਸੀਗਾ। ਫਿਰ ਮੰਮੀ ਕਹਿੰਦੇ ਵੀ ਚਲੋ ਆਪਾਂ ਇੱਥੇ ਮੰਦਰ ਬਣਾ ਲੈਂਦੇ ਹਾਂ, ਠੀਕ ਹੈ, ਅਤੇ ਆਪਾਂ ਅੰਦਰ ਨੂੰ ਮੂੰਹ ਕਰਕੇ ਫਿਰ ਮਾਤਾ ਰਾਣੀ ਦਾ ਨਾਲ ਸਾਈਂ ਜੀ ਦੀ ਫੋਟੋਜ਼ ਵਗੈਰਾ ਲਾਈਆਂ ਇੱਥੇ, ਠੀਕ ਹੈ, ਅਤੇ ਆਪਾਂ ਫਿਰ ਇੱਥੇ ਪੂਜਾ ਕਰਦੇ ਹਾਂ। ਇਹ ਸਾਡਾ ਛੋਟਾ ਜਿਹਾ ਪੂਜਾ ਘਰ ਹੈ। ਉਸ ਤੋਂ ਬਾਅਦ ਆਹ ਮਿਰਰ ਹੈ, ਤੁਹਾਨੂੰ ਪਤਾ ਕਿ ਲਾਡੇ ਕਿੱਡਾ ਵੱਡਾ ਮਿਰਰ ਹੁੰਦਾ ਸੀ ਮੇਰੇ ਡੈਡੀ ਹੋਣ ਲਈ, ਅਤੇ ਵੀਡੀਓਜ਼ ਵੀ ਬਣਾਉਂਦੇ ਸੀ। ਅਤੇ ਹੁਣ ਆਹ ਸਮਾਲ ਮਿਰਰ ਹੈ ਜਿਹਦੇ 'ਚ ਸਾਨੂੰ ਦੇਖਣਾ ਕਰਨਾ ਵੀ ਬਹੁਤ ਔਖਾ ਹੋ ਜਾਂਦਾ, ਠੀਕ ਹੈ। ਅਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਥੋੜ੍ਹਾ ਬਹੁਤ ਸਮਾਨ ਰੱਖ ਰੱਖਿਆ, ਯਾਨੀ ਵੈਜੀਟੇਬਲਸ, ਫਰੂਟਸ ਵਗੈਰਾ ਸਾਰਾ ਕੁਛ ਇੱਥੇ ਰੱਖ ਰੱਖਿਆ, ਠੀਕ ਹੈ। ਅਤੇ ਪਾਣੀ ਦਾ ਕੈਂਪਰ ਹੈ, ਤੁਹਾਨੂੰ ਪਤਾ ਕਿ ਆਪਾਂ 20 ਰੁਪਏ ਦੀ ਰੋਜ਼ ਬਰਫ਼ ਲੈ ਕੇ ਆਉਂਦੇ ਹਾਂ, ਅਤੇ ਆਪਾਂ ਬਰਫ਼ ਲਿਆ ਕੇ ਰੋਜ਼ ਪਾਉਂਦੇ ਹਾਂ ਕੈਂਪਰ ਦੇ ਵਿੱਚ। ਹੌਲੀ ਹੌਲੀ ਫਰਿੱਜ ਲਿਆਵਾਂਗੇ ਤਾਂ ਫਿਰ ਥੋੜ੍ਹਾ ਬਹੁਤ ਐਡਜਸਟ ਹੋ ਜਾਏਗਾ। ਅਤੇ ਉਸ ਤੋਂ ਬਾਅਦ ਹੈ ਮੰਮੀ ਦਾ ਬੈੱਡ। ਇਹ ਬੈੱਡ ਛੋਟਾ ਲੱਗ ਰਿਹਾ, ਪਰ ਇਹ ਬੈੱਡ ਛੋਟਾ ਨੀਗਾ, ਠੀਕ ਹੈ, ਇਹ ਡਬਲ ਹੈ, ਇਹ ਡਬਲ ਬੈੱਡ ਦਾ ਹੀ ਗੱਦਾ, ਅਤੇ ਬੈੱਡ ਵੀ ਡਬਲ ਹੈ, ਠੀਕ ਹੈ, ਅਤੇ ਖੁੱਲ੍ਹਦਾ ਇਹ, ਬਟ ਅਸੀਂ ਤਾਂ ਨਹੀਂ ਇਹਨੂੰ ਖੋਲ ਕੇ ਰੱਖਿਆ ਬੈੱਡ ਨੂੰ ਵੀ, ਕਿਉਂਕਿ ਜਗ੍ਹਾ ਘੱਟ ਜਾਂਦੀ ਹੈ ਥੋੜ੍ਹੀ ਜਿਹੀ। ਆ ਜਾ, ਅਤੇ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਮੈਂ ਦੱਸ ਰਹੀ ਸੀ ਕਿ ਇੱਥੇ ਵਿੱਚ ਦੀ ਹੁਣ ਅਵਲ ਵੀ ਆ ਗਿਆ, ਕਿਉਂਕਿ ਕਹਿੰਦਾ ਇਕੱਲੇ ਹੋਮ ਟੂਰ ਤੁਸੀਂ ਕਰਾ ਰਹੇ ਹੋ, ਮੈਂ ਵੀ ਨਾਲ ਕਰਾਊਂਗਾ, ਘਰ ਮੇਰਾ ਵੀ ਤਾਂ ਹੈਗਾ ਤੁਹਾਡੇ ਨਾਲ ਨਾਲ। ਅਤੇ ਉਸ ਤੋਂ ਬਾਅਦ ਹੈਗਾ ਇਹ ਬੈੱਡ, ਇਹ ਬੈੱਡ ਦੇ ਵਿੱਚ ਥੋੜ੍ਹਾ ਥੋੜ੍ਹਾ ਸਮਾਨ ਰੱਖ ਸਕਦੇ ਹਾਂ, ਪਰ ਇਹ ਖੁੱਲ੍ਹਦਾ ਨੀਗਾ ਕਿਉਂਕਿ ਮਤਲਬ ਡਬਲ ਬੈੱਡ ਹੋਣ ਕਰਕੇ ਇੱਕ ਦੇ ਇੱਕ ਉੱਪਰ ਬੈੱਡ ਪਿਆ, ਠੀਕ ਹੈ, ਅਤੇ ਗੱਦੇ ਵੀ ਦੋ ਨੇ, ਮਤਲਬ ਗੱਦਾ ਵੀ ਫੋਲਡ ਕਰਕੇ ਰੱਖਿਆ ਹੋਇਆ, ਇਹਨੂੰ ਪਤਾ ਨਹੀਂ ਕੀ ਚਾਹੀਦਾ। ਮਾਤਾ ਰਾਣੀ ਜਾ ਜਾ, ਬਸ ਜਾ ਜਾ ਕਰਨੀ ਹੁੰਦੀਆਂ ਨੇ, ਹੁਣ ਮੰਦਰ ਨੂੰ ਦੇਖ ਰਿਹਾ ਕਿ ਮੈਂ ਜਾ ਜਾ ਕਰਨੀ ਆ, ਇਹਨੂੰ ਹੁਣ ਆਦਤ ਪੈ ਚੁੱਕੀ ਹੈ ਪੂਜਾ ਦੀ, ਅਸੀਂ ਜਦੋਂ ਵੀ ਖੜਦੇ ਇਹਨੂੰ ਨਾਲ ਲੈ ਕੇ ਖੜਦੇ ਹਾਂ, ਚਾਹੇ ਮੈਂ ਕਰਨੀ ਹੋਵੇ ਚਾਹੇ ਮੰਮੀ ਨੇ ਕਰਨੀ ਹੋਵੇ, ਅਸੀਂ ਨਾਲ ਲੈ ਕੇ ਖੜਦੇ ਹਾਂ ਹੁਣ ਇਹਨੂੰ। ਅਤੇ ਉਸ ਤੋਂ ਬਾਅਦ ਹੈਗਾ ਇਹ ਕੰਪਿਊਟਰ ਬੋਰਡ, ਠੀਕ ਹੈ, ਇਹਦੇ ਵਿੱਚ ਅਸੀਂ ਰੱਖ ਰੱਖੇ ਆ ਜੁੱਤੀਆਂ ਦੇ ਜੋੜੇ ਵਗੈਰਾ ਐਡਜਸਟ ਕਰ ਰੱਖੇ ਆ, ਠੀਕ ਹੈ, ਅਤੇ ਬਸ ਛੋਟਾ ਛੋਟਾ ਸਮਾਨ, ਅਤੇ ਜਿਹੜਾ ਹੁਣ ਮੰਮੀ ਦਾ ਸਮਾਨ, ਜਿਹੜੇ ਥੋੜ੍ਹੇ ਬਹੁਤ ਕੱਪੜੇ ਇੱਥੇ ਪਏ ਆ ਬਹੁਤ ਸਾਰੇ, ਕੁਛ ਕਬਰ 'ਚ ਪਏ ਆ, ਇਹਦੇ ਵਿੱਚ ਜਿਹੜੀ ਕਬਰ ਹੈ ਇਹਦੇ ਵਿੱਚ 4 ਲੇਅਰਸ ਨੇ, ਠੀਕ ਹੈ, 4 ਬੋਕਸਿਸ ਨੇ ਯਾਨੀ, ਅਤੇ ਨਿਮਲ ਦੇ ਪਏ ਆ ਮੇਰੇ, ਅਵਲ ਦੇ ਮੰਮੀ ਦੇ, ਥੋੜ੍ਹੇ ਥੋੜ੍ਹੇ ਕੱਪੜੇ ਇਹਦੇ ਵਿੱਚ ਅਸੀਂ ਐਡਜਸਟ ਕਰ ਰੱਖੇ ਆ, ਅਤੇ ਉੱਪਰ ਵੀ ਕਬਰ ਬਣੀਆਂ ਹੋਈਆਂ, ਬਟ ਉੱਪਰ ਸਾਡਾ ਹੱਥ ਨਹੀਂ ਜਾਂਦਾ, ਇਸ ਕਰਕੇ ਅਸੀਂ ਐਕਸਟਰਾ ਸਮਾਨ ਐਡਜਸਟ ਕੀਤਾ ਹੋਇਆ ਕਿ ਸਾਨੂੰ ਤੁਰਨ ਫਿਰਨ ਦੇ ਵਿੱਚ ਦਿੱਕਤ ਨਾ ਆਵੇ। ਇਹ ਹੈ ਸਾਡਾ ਵਾਸ਼ਰੂਮ ਨਾਲ ਹੀ, ਠੀਕ ਹੈ, ਵਾਸ਼ਰੂਮ ਵੀ ਵਧੀਆ ਬਣਿਆ ਹੋਇਆ, ਯਾਨੀ ਕਿ ਪੂਰੇ ਟਾਈਲਸ ਵਗੈਰਾ ਲੱਗੀਆਂ ਹੋਈਆਂ ਸਾਰੇ ਫਰਸ਼ 'ਤੇ। ਅਤੇ ਉਸ ਤੋਂ ਬਾਅਦ ਆਉਂਦੀ ਆਪਣੀ ਛੋਟੀ ਜਿਹੀ ਕਿਚਨ, ਜਿਹਦੇ ਵਿੱਚ ਆਪਾਂ 2-3 ਜਣੇ ਖੜ ਤਾਂ ਸਕਦੇ ਹਾਂ, ਪਰ ਵਧੀਆ ਮਤਲਬ ਬਣਾਈ ਹੋਈ ਆ ਬੋਕਸਿਸ ਵਗੈਰਾ ਨਾਲ, ਠੀਕ ਹੈ। ਇਹਦੇ ਵਿੱਚ ਪਿਆ ਆਪਣੇ ਆਟੇ ਵਗੈਰਾ ਦਾ ਸਮਾਨ, ਠੀਕ ਹੈ, ਨੂਨ ਮਿਰਚ ਵਗੈਰਾ, ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਬਣੀ ਹੋਈ ਹੈ, ਠੀਕ ਹੈ। ਅਤੇ ਉਹਨਾਂ ਨੇ ਇਹ ਖੁਦ ਤਿਆਰ ਕਰਵਾਈ ਹੋਈ ਹੈ, ਕਿਸੇ ਦੇ ਹੈ ਨਹੀਂ ਗੀ, ਮਤਲਬ ਕਿ ਜਿੰਨੇ ਵੀ ਘਰ ਇੱਥੇ ਰਹਿ ਰਹੇ ਆ ਉਹਨਾਂ ਦੇ ਹੈ ਨਹੀਂ, ਆਹ ਬਣਵਾਈ ਹੋਈ ਹੈ ਮੇਰੇ ਵਰਗਿਆਂ ਨੇ, ਅਤੇ ਮੈਂ ਦੱਸ ਵੀ ਦਊਂਗੀ ਇਹ ਘਰ ਕਿਹਨਾਂ ਦਾ।
ਤੇ ਉਸ ਤੋਂ ਬਾਅਦ ਇਹਦੇ ਵਿੱਚ ਚਾਹ ਪੱਤੀ ਵਗੈਰਾ ਵਾਲੇ ਡੱਬੇ ਰੱਖੇ ਹੋਏ, ਉਹਦੇ ਚ ਅਸੀਂ ਬਰਤਨ ਬਹੁਤ ਸੋਹਣੇ ਜਿਹੇ ਚਾਹ ਰੱਖੀ, ਬੋਕਸਸ ਨੇ ਜਿਹਦੇ ਵਿੱਚ ਅਸੀਂ ਥੋੜਾ ਥੋੜਾ ਜਿਵੇਂ ਆਟਾ ਵਗੈਰਾ ਰੱਖ ਰੱਖਿਆ, ਮਤਲਬ ਕਿ ਰਸੋਈ ਵੀ ਵਧੀਆ ਸਜਾਈ ਵੀ ਗਈ ਜਿਹੜੇ ਉੱਪਰਲੇ ਬੋਕਸਸ ਦੇ ਜਾਵੇ, ਮਤਲਬ ਜਿਹੜੇ ਇਹ ਬੋਕਸਸ ਨੇ ਇਹਦੇ ਵਿੱਚ ਕਿਸੇ ਦਾ ਹੱਥ ਨਹੀਂ ਜਾਂਦਾ, ਨਾ ਮੇਰਾ ਜਾਂਦਾ ਨਾ ਮੰਮੀ ਦਾ ਜਾਂਦਾ, ਅਸੀਂ ਸਿਰਫ ਨੀਚੇ ਨੀਚੇ ਸਮਾਨ 'ਚ ਚਾਹ ਰੱਖਿਆ। ਤੇ ਹੁਣ ਆਪਾਂ ਉਸ ਤੋਂ ਬਾਅਦ ਗੱਲ ਕਰਾਂਗੇ ਬਾਹਰ ਦੀ, ਤੇ ਬਾਲਕਨੀ ਦੀ ਵਾਰੀ ਹੈ ਜਿੱਥੇ ਸਾਡਾ ਅਵਨ ਨੂੰ ਸਾਰਾ ਦਿਨ ਖੜਾ ਰਹਿੰਦਾ। ਇਹਨੂੰ ਆਇਆ ਕਿ ਮੰਮੀ ਕਰੀ ਕੀ ਜਾਂਦੀ ਹੈ, ਮੰਮੀ ਪੁੱਤ ਹੋਮ ਟੂਰ ਦੇ ਹੀ ਜਾਂਦੇ, ਸ਼ਾਰਜੀ ਨੀ ਕਹਿੰਦੀ ਕਿ ਹੋਮ ਟੂਰ ਦੇ ਦਾ। ਹੁਣ ਜੇ ਮੈਂ ਇਹਨੂੰ ਬਾਹਰ ਲੈ ਗਈ ਇਹਦਾ ਅੰਦਰ ਆਉਣਾ ਮੁਸ਼ਕਿਲ ਹੋ ਜਾਣਾ, ਪਰ ਫਿਰ ਵੀ ਚਲੋ ਚੱਲਦੇ ਹਾਂ, ਉਹਨੂੰ ਤਾਂ ਅਸਰ ਦਿਖਾਉਣਾ ਹੈ। ਇੱਥੋਂ ਜੀ ਜਾਂਦੇ ਹਾਂ, ਫਿਰ ਬਾਹਰ ਜਾਂਦੇ ਹਾਂ, ਫਿਰ ਇੱਕ ਗੇਟ ਹੋਰ ਖੋਲਦੇ, ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਬਾਰਿਸ਼ ਆ ਰਹੀ ਹੈ। ਕੋਈ ਪਤਾ ਨਹੀਂ ਬਾਰਿਸ਼ ਆ ਵੀ ਸਕਦੀ ਹੈ, ਆ ਵੀ ਸਕਦੀ ਹੈ, ਬੱਦਲ ਘੁਲਿਆ ਪਿਆ। ਤੇ ਇਹ ਹੈ ਸਾਡਾ ਇਨਵਰਟਰ, ਠੀਕ ਹੈ, ਥੋੜਾ ਛੋਟਾ ਪਰ ਮਤਲਬ ਕਿ ਤਾਂ ਹੀ ਅਸੀਂ ਲਾਈਟਸ ਵਗੈਰਾ ਆਫ ਕਰਕੇ ਬਾਹਰ ਪੈ ਜਾਂਦੇ ਹਾਂ ਥੋੜੀ ਦੇਰ ਗੈਲਰੀ ਦੇ ਵਿੱਚ, ਕਿ ਸਾਡਾ ਥੋੜਾ ਜਿਹਾ ਮਤਲਬ ਕਿ ਲਾਈਟ ਦਾ ਬਚ ਜਾਵੇ, ਕਿ ਰੋਟੀ ਵਗੈਰਾ ਖਾ ਹੋ ਜਾਵੇ, ਕਿਉਂਕਿ ਇੱਥੇ ਲਾਈਟ ਦੀ ਥੋੜੀ ਜਿਹੀ ਪ੍ਰੋਬਲਮ ਰਹਿੰਦੀ ਹੈ। ਇੱਥੇ ਵਾਸ਼ਿੰਗ ਮਸ਼ੀਨ ਪਈ ਹੈ ਆਪਣੀ, ਠੀਕ ਹੈ, ਤੇ ਇਹ ਛੋਟੀ ਜਿਹੀ ਬਾਲਕਨੀ ਹੈ ਜਿਹਦੇ ਵਿੱਚ ਆਪਾਂ ਸਾਰਾ ਦਿਨ ਖੜੇ ਰਹਿੰਦੇ ਹਾਂ, ਤੇ ਅਵਲ ਨੂੰ ਸਾਰਾ ਦਿਨ ਉਹ ਸਬਜ਼ੀ ਵਾਲੇ ਅੰਕਲ ਬੈਠੇ ਜਿਹੜੇ ਉਹਨਾਂ ਨੂੰ ਦੇਖਦਾ ਰਹਿੰਦਾ, ਤੇ ਸਾਨੂੰ ਬੜੀ ਸ਼ਰਮ ਫੀਲ ਹੁੰਦੀ ਹੈ ਕਿ ਅਸੀਂ ਵੀ ਇਹਦੇ ਨਾਲ ਬਹਿ ਕੇ ਦੇਖਦੇ ਰਹਿੰਦੇ ਹਾਂ। ਤੇ ਬਸ ਹੁਣ ਇਹੀ ਸਾਡਾ ਨਿੱਕਾ ਜਿਹਾ ਘਰ ਹੈ, ਦੁਕਾਨ ਦਿਖਾਉਂਦੇ ਤੁਹਾਨੂੰ ਜੀ, ਉਹ ਦੇਖੋ ਨੀਚੇ, ਤੇ ਨੀਚੇ ਅਸੀਂ ਉੱਥੇ ਜਿਹੜੀ ਸਾਹਮਣੀ ਦੁਕਾਨ ਹੈ ਉੱਥੋਂ ਅਸੀਂ ਖਾਣ ਜਾਂਦੇ ਹਾਂ, ਤੇ ਅੰਕਲ ਦੀ ਸ਼ੋਪ ਹੈ ਜਿਹੜੀ, ਉੱਥੇ ਸਬਜ਼ੀ ਲੈਣ ਜਾਂਦੇ ਹਾਂ। ਇੱਥੇ ਡੈਲੀਵਰੀ ਆਫਿਸ ਹੈ ਜਿੱਥੇ ਮੇਰੇ ਪਾਰਸਲ ਆਉਂਦੇ ਆ, ਠੀਕ ਹੈ, ਜ਼ਿਆਦਾਤਰ ਮੈਨੂੰ ਇਹ ਸੁੱਖ ਹੈ ਕਿ ਮੈਂ ਇੱਥੋਂ ਜਾ ਕੇ ਨੀਚੋਂ ਜਾ ਕੇ ਪਾਰਸਲ ਲੈ ਆਉਂਦੀ ਹਾਂ। ਤੇ ਹੁਣ ਆਪਾਂ ਚੱਲਦੇ ਹਾਂ, ਹੁਣ ਆਪਾਂ ਚੱਲਦੇ ਹਾਂ ਅੰਦਰ, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਬਾਹਰ, ਤੇ ਹੁਣ ਆਪਾਂ ਨੂੰ ਅੰਦਰ ਆਉਣਾ ਪਿਆ। ਤੇ ਇਹ ਸਾਡਾ ਨਿੱਕਾ ਜਿਹਾ ਘਰ ਹੈ, ਪਰ ਮੇਰੇ ਖਿਆਲ 'ਚ ਇਹ ਸਾਡੇ ਲਈ ਬਹੁਤ ਵੱਡਾ ਹੈਗਾ, ਕਿਉਂਕਿ ਅਸੀਂ ਆਰਾਮ ਨਾਲ ਇੱਥੇ ਐਡਜਸਟ ਕਰ ਲੈਂਦੇ ਹਾਂ, ਠੀਕ ਹੈ, ਸਾਨੂੰ ਤਾਂ ਕੋਈ ਦਿੱਕਤ ਨਹੀਂ ਆਉਂਦੀ ਕਿ ਰਹਿਣ ਦੇ ਵਿੱਚ, ਜਿੰਨੇ ਕੁ ਆਪਾਂ ਜਣੇ ਹਾਂ ਉਸ ਹਿਸਾਬ ਨਾਲ ਤਾਂ ਮੇਰੇ ਖਿਆਲ 'ਚ ਬਹੁਤ ਹੈ। ਤੇ ਪੁੱਛ ਰਹੇ ਸੀ ਕਾਫੀ ਜਣੇ ਵੀ ਤੁਹਾਡਾ ਰੈਂਟਡ ਹੈ ਜਾਂ ਆਉਣ ਹੈ, ਹਜੇ ਤਾਂ ਰੈਂਟਡ ਹੈ, ਅਸੀਂ ਆਪਣਾ ਵੀ ਜਲਦੀ ਲੈ ਲਾਂਗੇ, ਹਜੇ ਰੈਂਟਡ ਹੈਗਾ। ਤੇ ਇਹ ਹੈਗਾ ਨਿਮਲ ਦੇ ਫਰੈਂਡ ਦਾ, ਠੀਕ ਹੈ, ਤਾਂ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਰਹਿਣ ਦੇ ਵਿੱਚ, ਤੇ ਜਿੰਨਾ ਚਿਕਰ ਅਸੀਂ ਬੈਠੇ ਹਾਂ ਉਨਾ ਚਿਕਰ ਤਾਂ ਬੈਠੇ ਹਾਂ, ਹੈ ਨਾ। ਤੇ ਬਾਕੀ ਅੱਗੇ ਦੇਖੋ ਮਹਾਰਾਜ ਜਿੱਦਾਂ ਮਰਜ਼ੀ। ਤੇ ਕਾਫੀ ਜਿਹਨੇ ਪੁੱਛ ਰਹੇ ਸੀ ਕਿ ਕਿਉਂ ਆਏ ਹੋ, ਤੁਹਾਨੂੰ ਪਤਾ ਹੈ ਕਿ ਨਿਮਲ ਦਾ ਕੰਮ ਸੀਗਾ, ਇਸ ਕਰਕੇ ਆਪਾਂ ਇੱਥੇ ਆਏ ਹਾਂ, ਅਦਰਵਾਈਜ਼ ਸਾਨੂੰ ਕੋਈ ਐਪ ਜਾਂ ਨਹੀਂ ਸੀਗਾ ਕਿ ਆਪਦਾ ਘਰ ਛੱਡ ਕੇ ਵੀ ਅਸੀਂ ਬਗਾਨਾ ਸ਼ਹਿਰ ਦੇ ਵਿੱਚ ਆਈਏ, ਹੈ ਨਾ, ਆਪਾਂ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਗਾ। ਤੇ ਬਾਕੀ ਜਿਹੜਾ ਸਾਡਾ ਸਾਰਾ ਘਰ ਹੈ ਇਹ ਵਾਲਾ, ਇਹ ਸਾਨੂੰ ਫੁੱਲੀ ਫਰਨਿਸ਼ਡ ਮਿਲਿਆ, ਮਤਲਬ ਅਸੀਂ ਇਹਦੇ ਵਿੱਚ ਕੁਛ ਨਹੀਂ ਲੈ ਕੇ ਆਏ ਗਏ। ਤੁਸੀਂ ਸਾਨੂੰ ਜ਼ਰੂਰ ਦੱਸਿਓ ਵੀ ਸਾਡਾ ਘਰ ਕਿੱਦਾਂ ਦਾ ਲੱਗਿਆ, ਪਰ ਹੈਗਾ ਛੋਟਾ ਬਹੁਤ ਹੈ, ਪਰ ਅਸੀਂ ਇੱਥੇ ਹੀ ਚਾਰੇ ਪਾਸੇ ਗੇੜੇ ਜੇ ਖਾਈ ਜਾਂਦੇ, ਮੈਂ, ਅਵਲ, ਲਵ ਤੇ ਨਿਮਲ, ਠੀਕ ਹੈ। ਤੇ ਵੀ ਥੋੜ੍ਹਾ ਲੱਗਦਾ ਵੀ ਔਖਾ ਵੀ ਕਿੱਥੇ ਖੁੱਲ੍ਹੇ ਘਰ 'ਚ ਰਹਿਣਾ ਅਤੇ ਕਿੱਥੇ ਛੋਟੇ ਘਰ 'ਚ ਆ ਕੇ ਰਹਿਣਾ, ਚਲੋ ਫਿਰ ਵੀ ਅਸੀਂ ਐਡਜਸਟਮੈਂਟ ਕਰ ਰਹੇ ਹਾਂ ਆਪਦੀ, ਅਤੇ ਐਂ ਕਰਦੇ ਰਹਾਂਗੇ, ਹੌਲੀ ਹੌਲੀ ਤੁਹਾਨੂੰ ਜਲਦੀ ਦੇਵਾਂਗੇ। ਤੇ ਕੱਲ ਐਂ ਦੱਸੋ ਕਿ ਆਪਾਂ ਕਿੱਥੇ ਜਾ ਰਹੇ ਹਾਂ। ਆਪਾਂ ਜਾ ਰਹੇ ਹਾਂ ਕੱਲ ਤੀਜ ਦੇ ਫੰਕਸ਼ਨ ਤੇ, ਸੋ ਸਾਡਾ ਵਲੌਗ ਉਹ ਵਾਲਾ ਵੀ ਜ਼ਰੂਰ ਦੇਖਿਓ, ਕਹਿ ਰਹੇ ਸੀ ਕਿ ਵਲੌਗਰ ਸਾਰੇ ਨੇ ਹੋਰ ਵੀ, ਦੇਖੋ ਆਪਾਂ ਨੂੰ ਕੌਣ ਮਿਲਦਾ ਉੱਥੇ, ਇਨਫਲੂਐਂਸਰ ਕੋਈ ਮਿਲਦੇ ਆ ਜਾਂ ਨਹੀਂ, ਤੇ ਉਹ ਤਾਂ ਉੱਥੇ ਜਾ ਕੇ ਪਤਾ ਚੱਲੇਗਾ। ਤੇ ਆਪਾਂ ਸਵੇਰੇ 8 ਵਜੇ ਤੱਕ ਨਿਕਲਣਾ ਹੈ, ਤੇ ਤੁਸੀਂ ਜ਼ਰੂਰ ਵਾਚ ਕਰੋ ਸਾਡਾ ਤੀਜ ਦਾ ਫੰਕਸ਼ਨ ਕਿਵੇਂ ਦਾ ਹੈ ਕਿਵੇਂ ਦਾ ਨਹੀਂ। ਤੇ ਚਾਹ ਤਾਂ ਹੈਗਾ ਵੀ ਵਧੀਆ ਵਧੀਆ ਰਹੇ, ਕਿਉਂਕਿ ਮੈਂ ਵੀ ਫਸਟ ਟਾਈਮ ਜਾ ਰਹੀ ਹਾਂ ਇੱਦਾਂ। ਬਿਲਕੁਲ
ਪਰ ਇਹਦਾ ਨਾ ਦੇਖੋ ਧਿਆਨ ਸਿਰਫ ਸਾਡੇ ਮੰਦਰ ਵੱਲ ਧਿਆਨ ਹੈਗਾ ਜੀ, ਮੰਦਰ ਵੱਲ ਦੇਖੋ, ਸਾਡੀ ਮਾਤਾ ਰਾਣੀ ਵੱਲ ਧਿਆਨ ਲਾ ਵੀ ਅੱਜ ਕਦੋਂ ਵੀ ਮੈਂ ਜੈ ਜੈ ਕਰੂੰ, ਜੈ ਜੈ ਕਰਨੀ ਹੈ ਛੇਤੀ ਮੈਨੂੰ ਮੰਦਰ ਦੇ ਕੋਲੇ ਲੈ ਲਓ, ਮੰਦਰ ਕੋਲ ਛੱਡ ਦੋ, ਜੈ ਜੈ ਕਰਨੀ ਸੀ ਮੇਰੇ ਪੁੱਤ ਨੇ ਕਰਦਾ ਰੋਜ਼ ਸਵੇਰੇ ਜੀ, ਮੇਰੇ ਵਰਗੀ ਸਵੇਰੇ ਨਹਾ ਲੈਂਦੀ ਹੈ ਜਲਦੀ ਤਾਂ ਮੈਨੂੰ ਰੋਜ਼ ਕਈ ਵਾਰ ਮੈਂ ਤਾਂ ਦੇਖੋ ਸਵੇਰੇ ਜਲਦੀ ਨਹੀਂ ਨਹਾਇਆ ਜਾਂਦਾ, ਪਰ ਲਵ ਤੇ ਅਵਲ ਜਲਦੀ ਨਹਾ ਲੈਂਦੇ ਆ, ਪਰ ਇਹ ਨਹਾ ਕੇ ਆਪਦੀ ਸਿੱਧੀ ਜੋਤ ਬੱਤੀ ਕਰਦੇ ਆ, ਪੂਜਾ ਕਰਦੇ ਆ, ਮੈਂ ਸ਼ਾਮ ਨੂੰ ਲੈ ਲੈਂਦੀ ਹਾਂ, ਇਹ ਸੁਬਹ ਕਰ ਲੈਂਦੇ, ਬਸ ਮੈਨੂੰ ਇੰਨਾ ਹੋ ਜਾਂਦਾ ਥੋੜ੍ਹਾ, ਮੈਂ ਸੁਬਹਾ ਜਲਦੀ ਥੋੜ੍ਹਾ ਉੱਠ ਕੇ ਕੰਮ ਕੁੰਮ ਦਾ ਕਹਿੰਦਾ ਵੀ ਫਟਾਫਟ ਨਿਬੜ ਜੇ, ਚਲੋ ਥੋੜ੍ਹਾ ਫ੍ਰੀ ਹੋ ਜਾਵਾਂਗੇ ਜਲਦੀ, ਪਰ ਫ੍ਰੀ ਫਿਰ ਵੀ ਨਹੀਂ ਹੋ ਜਾਂਦਾ, ਫਿਰ ਵੀ ਸਾਨੂੰ ਤਿੰਨ ਚਾਰ ਰੋਟੀਆਂ ਨੂੰ ਵੱਜ ਜਾਂਦੇ ਆ, ਪਰ ਪੁੱਛੋ ਨਾ, ਪਰ ਫਿਰ ਵੀ ਕੋਸ਼ਿਸ਼ ਕਰੀਦੀ ਵੀ ਹਾਂ ਉੱਠੀ ਉੱਠੀ ਉੱਠੀ, ਪਰ ਨਹੀਂ ਉੱਠਿਆ, ਪਰ ਇੱਥੇ ਤਾਂ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਮੈਨੂੰ, ਸਾਨੂੰ ਨਾ ਨਹੀਂ ਨਾ ਕੁਛ ਵੀ ਨਹੀਂ ਪਤਾ ਲੱਗਦਾ, ਨਾ ਬਾਰਿਸ਼ ਵੀ ਕਿਹੜਾ ਦਿਨ ਚੜ੍ਹ ਜਾਂਦਾ, ਹਾਂ ਜੋ ਉੱਥੇ ਸੀਗੇ ਘਰ ਸੀਗੇ ਉੱਥੇ ਤਾਂ ਮੈਂ 6 ਵਜੇ ਉੱਠਣਾ, ਹਾਂ ਵੀ ਪਾਣੀ ਆਊਗਾ, ਮੋਟਰ ਛੱਡਣੀ, ਜੇ ਵੋ ਇਹਨਾਂ ਨੇ ਜਾਣਾ ਹੈਗਾ, ਬਹੁਤ ਔਖਾ ਹੋ ਜਾਂਦਾ ਸੀਗਾ, ਪਰ ਇੱਥੇ ਸਾਨੂੰ ਕੁਛ ਨਹੀਂ ਪਤਾ ਲੱਗਦਾ, ਉਦੋਂ ਪਤਾ ਲੱਗਦਾ ਜੀ 8 ਵੱਜ ਗਏ ਸੁੱਤੇ ਪਏ ਆ, ਰਾਤ ਨੂੰ ਸਾਨੂੰ 12-1 ਵੱਜ ਜਾਂਦੇ, ਕਿਉਂਕਿ ਸਾਨੂੰ ਅਮਲ ਨਹੀਂ ਸੌਣ ਦਿੰਦਾ ਗਾ, ਮੈਨੂੰ ਫਿਰ ਵੀ ਉੱਠ ਕੇ ਜਾ ਕੇ ਬਾਜ ਮਾਰਨੀ ਪੈਂਦੀ, ਲਵੋ ਕੀ ਗੱਲ ਹੈ ਇਹਨੂੰ ਮੈਨੂੰ ਫੜਾ ਜਾ 10 ਮਿੰਟ ਬੇਟੇ, ਮੈਂ ਇਹਨੂੰ ਫੜ ਲੈਣੀ, ਚੱਲ ਕੋਈ ਗੱਲ ਨਹੀਂ, ਪਰ ਫਿਰ ਵੀ ਉਹ ਕਹਿੰਦੀ ਮੰਮਾ ਨਹੀਂ ਤੁਸੀਂ ਸੋ ਜਾਓ ਤੁਸੀਂ ਜਲਦੀ ਉੱਠਣਾ ਹੁੰਦਾ, ਤਾਂ ਇਸ ਕਰਕੇ ਮੈਂ ਸੋ ਜਾਂਦੀ ਹਾਂ ਕਈ ਵਾਰ, 12-1 ਵੱਜ ਜਾਂਦੇ ਮੈਨੂੰ ਵੀ ਐਂ ਕਰਦੇ ਨੇ, ਤਾਂ ਫਿਰ ਤੜਕੇ ਉੱਠੇ ਕਦੇ ਟਾਈਮ ਦਾ ਨਹੀਂ ਪਤਾ ਲੱਗਦਾ ਸਾਨੂੰ, ਇਸ ਕਰਕੇ ਮੰਮੀ ਆ ਦੇਖੋ ਹੁਣ ਵੀ ਇਹ ਹੁਣ ਆਪਾਂ ਇਹਨੂੰ ਲੱਗਿਆ ਸਵਾਉਣ, ਤੇ ਆਪਾਂ ਇੱਥੇ ਕਰਦੇ ਵਲੌਗ ਦਾ ਐਂਡ, ਤੇ ਜੇ ਵਧੀਆ ਲੱਗਿਆ ਤਾਂ ਘਰ ਸਾਡਾ ਜ਼ਰੂਰ ਕਮੈਂਟਾਂ 'ਚ ਦੱਸ ਦਿਓ, ਤੇ ਆਪਾਂ ਤੁਹਾਨੂੰ ਮਿਲਦੇ ਕੱਲ੍ਹ ਨਵੇਂ ਵਲੌਗ ਦੇ ਨਾਲ, ਤੀਜ ਵਲੌਗ ਦੇ ਨਾਲ, ਤੇ ਬਣੇ ਰਹੋ, ਜ਼ਰੂਰ ਦੇਖਿਓ ਸਾਡੇ ਵਲੌਗ ਨੂੰ, ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ, ਠੀਕ ਹੈ, ਓਕੇ ਸਾਰਿਆਂ ਨੂੰ ਗੁੱਡ ਨਾਈਟ, ਸਾਰਿਆਂ ਨੂੰ ਗੁੱਡ ਨਾਈਟ, ਸ਼ੂਟ ਬਾਏ ਅੱਜ ਮੰਮੀ।